ਦੋ ਤੋਂ ਤਿੰਨ ਪੈਕਟ ਲੈ ਕੇ ਆਏ ਹਾਂ। ਆ ਦੇਖੋ ਬੜੇ ਸੋਹਣੇ ਨਿਕਲਦੇ ਆ ਇਹ ਪਤੰਗ ਜਾਤੀ ਮਰਾਵਾਂ। ਦੇਖੋ ਬਾਈ ਕਿੰਨੇ ਨੇ ਹਨਾ, ਇਹਦਾ ਬਹੁਤ ਤਗੜਾ ਕਾਰੀਗਰ, ਬਾਲਾ ਜਿਆਦਾ ਬੰਬ ਕਲਰ ਆ। ਹਾਂ ਦੇਖੋ ਫਿਰ ਜ਼ੋਰਦਾਰ ਬਹੁਤ ਵੱਢਣੇ ਆ ਬਾਈ ਲੋਹੜੀ ਤੇ ਓਰੀਜਨਲ ਸਟੈਂਪ ਦੇ ਨਾਲ। ਕੱਲ ਦਾ ਵਲੌਗ ਮੈਂ ਉਰੇ ਵਿੱਚ ਰੋਕਤਾ ਸੀ ਤੇ ਮੈਂ ਕਿਹਾ ਸੀ 10,000 ਲਾਈਕ ਪੂਰੇ ਕਰੋ ਤੇ ਆਪਾਂ ਇਹ ਸਟੈਸ਼ ਖੋਲ੍ਹ ਕੇ ਦਿਖਾਵਾਂਗੇ ਜੋ ਆਪਾਂ ਕੱਲ ਲੋਹੜੀ ਲਈ ਲੈ ਕੇ ਆਏ ਸੀ ਯਾਰ। ਤੇ ਹਨਾ ਅੱਜ ਆਪਾਂ ਤੁਹਾਡੇ ਲਈ ਗੱਟੂ ਸਟੈਸ਼ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਹੜੀ ਕਿਹੜੀ ਸਾਡੇ ਕੋਲ ਵਰਾਇਟੀ ਆ। ਆਹ ਦੇਖੋ ਯਾਰ ਡੱਬਾ ਭਰ ਕੇ ਪੇਟੀ ਭਰ ਕੇ ਗੱਟੂ ਲੈ ਕੇ ਆਏ ਹਾਂ। ਸੋਚੋ ਕੀ ਕੁਛ ਹੋਊ ਇਹਦੇ ਵਿੱਚ। ਖੋਲ੍ਹੀਏ ਫਿਰ, ਖੋਲ੍ਹ ਫਿਰ ਬਾਈ। ਅੱਜ ਤਾਂ ਧੁੱਪ ਵੀ ਨਿਕਲ ਆਈ ਯਾਰ ਬੜੀ ਸੋਹਣੀ। ਓ ਹੋ ਹੋ, ਅਸੀਂ ਇਹਨੂੰ ਨਾ ਕਵਰ ਕਰਕੇ ਲੈ ਕੇ ਆਏ ਹਾਂ ਵੀ ਸੋਹਣੇ ਪਤੰਗ। ਤਾਂ ਵੈਸੇ ਅਸੀਂ 10,000 ਦੇ ਲੈ ਕੇ ਆਏ ਹੋਏ ਹਾਂ ਸਟੈਸ਼ ਪੂਰਾ। ਆਹ ਥੋੜ੍ਹੇ ਪਸੰਦ ਆ ਗਏ ਸੀ, ਆਹ ਉਹ ਨੇ ਬਾਈ ਪੈਕਟ ਵਾਲੇ ਪਤੰਗ ਨੇ। ਇਹਦੇ ਦੋ ਤੋਂ ਤਿੰਨ ਪੈਕਟ ਲੈ ਕੇ ਆਏ ਹਾਂ। ਇਹ ਚਾਰ ਚਾਰ ਅੱਠ ਦਰਜਨ ਦਰਜਨ ਆ, ਹਾਂ ਤਿੰਨ ਇੱਧਰ ਵੀ ਨੇ। ਆਹ ਦੇਖੋ ਬੜੇ ਸੋਹਣੇ ਨਿਕਲਦੇ ਆ ਇਹ ਪਤੰਗ। ਓ ਆ ਕੀ ਦੇਖ ਗਿਆ ਸਟੈਸ਼। ਪਹਿਲਾਂ ਐਂ ਕਰੀਏ ਚੜ ਖੜੇ ਤੋਂ ਸਟਾਰਟ ਕਰੀਏ। ਚੱਲ ਮੈਂ ਲੁਕੋ ਕੇ ਰੱਖਦਾ ਇੱਕ ਵਾਰ ਤੁਹਾਨੂੰ ਮੈਂ ਝਾਤੀ ਮਰਾਵਾਂ। ਦੇਖੋ ਬਾਈ ਕਿੰਨੇ ਨੇ ਹਨਾ। ਸਭ ਤੋਂ ਘੈਂਟ ਜਿਹੜੀ ਚੀਜ਼ ਅਸੀਂ ਲੈ ਕੇ ਆਏ ਹਾਂ ਉਹ ਆਹ ਬਾਈ, ਇਹ ਸਾਨੂੰ 3500 ਰੁਪਏ ਦਾ ਪੀਸ ਪਿਆ, 3500 ਰੁਪਏ ਦਾ। ਬਹੁਤ ਤਗੜਾ ਕਾਰੀਗਰ, ਬਾਲਾ ਜਿਆਦਾ ਬੰਬ ਕਲਰ ਆ। ਤੇ ਇੱਕ ਇਹਦੀ ਚੀਜ਼ ਮੈਂ ਤੁਹਾਨੂੰ ਦੱਸਾਂ, ਉਰੇ ਤੱਕ ਦੇਖੋ ਪੂਰਾ ਭਰਿਆ ਹੋਇਆ, ਇਹ ਪੂਰਾ ਭਰਿਆ ਹੋਇਆ। ਜਿਹਨੇ ਲੈਣਾ ਉਹ ਲੈ ਸਕਦਾ ਉਹੀ ਦੁਕਾਨ ਤੋਂ ਜਿੱਥੋਂ ਅਸੀਂ ਲੈ ਕੇ ਆਏ, ਸਿਰਫ ਉੱਥੇ ਅਵੇਲੇਬਲ ਆ ਬਾਈ ਸਾਹਿਬ। ਕਿਆ ਡੋਰ ਹੈ ਓਏ, ਬਹੁਤ ਮਜ਼ਬੂਤ ਵੀ ਆ, ਕੋਟਨ ਧਾਗਾ ਪੂਰਾ ਕੁਆਲਿਟੀ ਵਾਲਾ ਪੂਰਾ। ਹੁਣ ਲੋਹੜੀ ਆ ਯਾਰ, ਫਿਰ ਲੋਹੜੀ ਤੇ ਕੱਚੀ ਡੋਰ ਨਾਲ ਤਾਂ ਡਾ ਨਹੀਂ ਸਕਦੇ, ਫਿਰ ਡੋਰ ਬੰਬ ਚਾਹੀਦੀ ਆ। ਹੋਰ ਦਿਖਾ ਫਿਰ ਬਾਈ ਕੀ ਕੁਛ ਆ, ਮੈਂ ਲੁਕੋ ਕੇ ਰੱਖਦਾ। ਹੋਰ ਆਈਟਮਾਂ ਦਿਖਾ ਕਿਹੜੀਆਂ ਲੈ ਕੇ ਆਏ ਆ, ਅਲੱਗ ਅਲੱਗ ਸਾਰੇ ਲੈ ਕੇ ਆਏ ਆ। ਨਵੀਂ ਬਾਈ ਨਵੀਂ ਆਈਟਮ ਪੂਰੀ ਆਈ ਆ, ਕਹਿੰਦੇ ਪੂਰੀ ਜ਼ਬਰਦਸਤ ਆ। ਮੋਨੋ ਸਕਾਈ ਕਿੰਗ, ਮੋਨੋ ਕਿੰਗ ਹੈ। ਓਏ ਹੋਏ ਹੋਏ, ਹਾਂ ਦੇਖੋ ਫਿਰ ਡੋਰ ਦਾ ਸਕਾਈ ਕਿੰਗ ਕੋਟਨ ਮਾਂਝਾ। ਇੱਧਰ ਦੇਖੋ ਰੰਗ ਆ ਗ੍ਰੀਨ ਕਲਰ ਦਾ, ਇਹ ਵੀ ਬਿਲਕੁਲ ਨਵਾਂ ਲੈ ਕੇ ਆਏ ਆ। ਹੋਰ ਦਿਖਾ, ਹੋਰ ਕੱਢ, ਮਾੜੀ ਕੇ ਹਿੰਮਤ ਮਾਰ। ਲੈ ਜੀ ਬਾਜ, ਬਾਜ ਮਾਂਝਾ ਹੈ ਨਵਾਂ, ਸਾਰੇ ਨਵੇਂ ਨਵੇਂ ਪੂਰੇ ਘੈਂਟ ਘੈਂਟ ਜਿੰਨੀ ਵਰਾਇਟੀ ਸੀ ਸਾਰੀਆਂ ਲੈ ਕੇ ਆਏ ਆ। ਹੋਰ ਕੀ ਕੁਛ ਆ, ਬਲੈਕ ਪੈਂਥਰ ਛੋਟੇ ਜਿਹੇ। ਓਹੋ ਬਲੈਕ ਪੈਂਥਰ ਆਪਾਂ ਯੂਜ਼ ਕੀਤੀ ਸੀ, ਇਹਨੇ ਬਹੁਤ ਵੱਡੇ ਸੀ ਬ੍ਰੋ, ਚੈੱਕ ਕਰੋ ਬਲੈਕ ਪੈਂਥਰ ਦਾ ਛੋਟਾ ਪੀਸ। ਇੱਧਰ ਰੱਖੀ ਜਾਂਦਾ ਮੈਂ ਜਿਹੜੇ ਜਿਹੜੇ ਆਪਣੇ ਗੱਟੂ ਨੇ, ਆਪਣੀ ਨਵੀਂ ਸੀ ਫਾਈਟਰ। ਓਏ ਹੋਏ ਹੋਏ, ਇਹਨੇ ਤਾਂ ਲੱਗਣ ਨਹੀਂ ਦਿੱਤੇ ਸੀ, ਇਹਨਾਂ ਨਾਲ ਬਹੁਤ ਵੱਢਣੇ ਆ ਬਾਈ ਲੋਹੜੀ ਤੇ। ਓਰੀਜਨਲ ਸਟੈਂਪ ਦੇ ਨਾਲ ਸਾਰੇ ਕੋਟਨ ਮਾਂਝੇ ਨੇ, ਇਹਨਾਂ 'ਚ ਕੋਈ ਚਾਈਨੀਜ਼ ਨਹੀਂ। ਆਹ ਵੀ ਧਾਗੇ ਵਾਲਾ ਮਾਂਝਾ ਵਾ ਫਾਈਟਰ ਦਾ, ਇਹ ਪਲਾਸਟਿਕ ਵਾਲਾ ਨਹੀਂ ਹੈਗਾ, ਧਾਗੇ ਵਾਲਾ ਬਿਲਕੁਲ। ਦੇਖੋ ਸਟੈਂਪ ਲੱਗੀ ਹੋਈ ਆ, ਓਰੀਜਨਲ ਫਾਈਟਰ। ਹੋਰ ਦਿਖਾ ਕੀ ਆ, ਬਲੈਕ ਪੈਂਥਰ ਵੱਡੇ ਚ ਵੀ ਲੈ ਕੇ ਆਏ ਆ। ਇੱਕ ਆ ਛੋਟੀ ਬਲੈਕ ਪੈਂਥਰ ਸੀ, ਇੱਕ ਆ ਵੱਡੇ ਚ ਵੀ ਬਲੈਕ ਪੈਂਥਰ ਲੈ ਕੇ ਆਏ ਆ। ਤੇ ਆ ਗਏ ਗਰੂੜਾ, ਆ ਹੋ ਗਏ ਗਰੂੜਾ ਦੇ ਦੋ। ਇਹ ਬਾਲੇ ਹਲਕੇ ਜੇ ਦਿੱਤੇ ਆ ਨਾ, ਹੋਰੀ ਕੋਲ ਆ ਦੇ। ਹਾਂ ਡੋਰ ਘੱਟ ਹੈ ਨਾ ਯਾਰ, ਗਰੂੜਾ ਦੀ ਡੰਡੀਆਂ ਲੈਣੀ ਭੁੱਲ ਗਏ, ਸਾਰਿਆਂ ਦੀ ਭੁੱਲ ਗਏ, ਲੈ ਆਵਾਂਗੇ ਚੱਲ। ਆ ਹੋ ਗਏ ਦੋ ਗਰੂੜਾ ਦੇ, ਤੇ ਆ ਇਹ ਨਿਊ ਇੰਡੀਆ। ਓਏ ਬਹੁਤ ਜ਼ਬਰਦਸਤ ਸੀ ਬਾਈ, ਜਿਹਨੇ ਲੈਣੀ ਆ ਨਾ ਧਾਗੇ ਦੇ ਵਿੱਚ ਕਾਟਨ ਦੇ ਵਿੱਚ, ਆ ਡੋਰ ਲੈ ਸਕਦਾ। ਬਹੁਤ ਵੱਡੀ ਹੈ ਇਹ ਡੋਰ, ਬਹੁਤ ਜ਼ਿਆਦਾ ਯੂਜ਼ ਕੀਤੀ ਸੀ ਅਸੀਂ, ਨਿਊ ਇੰਡੀਆ ਦਾ ਇੱਕ ਪੀਸ। ਮੋਨੋਕਾਈਟ ਜੰਬੋ ਪ੍ਰੋ, ਮੋਨੋਕਾਈਟ ਜੰਬੋ ਪ੍ਰੋ, ਇਹ ਸਿੰਪਲ ਮੋਨੋਕਾਈਟ ਨਹੀਂ ਹੈਗੀ, ਇਹ ਦੇਖੋ ਜੰਬੋ ਪ੍ਰੋ ਆ। ਇਹਦਾ ਰਿਵਿਊ ਵੀ ਸ਼ਾਇਦ ਆਪਾਂ ਕੀਤਾ ਸੀ, ਪਤਾ ਨਹੀਂ ਸੁਪਰ ਪ੍ਰੋ ਦਾ ਕੀਤਾ ਸੀ। ਇਹਦੇ ਕਿੰਨੇ ਪੀਸ ਨੇ ਓਏ, ਮੋਨੋਕਾਈਟ ਦੇ ਤਾਂ ਬਾਲੇ ਲੈ ਕੇ ਆਏ ਆ ਨਾ ਮੇਰੇ ਖਿਆਲ ਨਾਲ, ਜੰਬੋ ਪ੍ਰੋ ਦਾ ਤਾਂ ਇੱਕੋ ਹੀ ਆ। ਹਾਂ ਆ ਗਿਆ ਸੁਪਰ ਪ੍ਰੋ, ਕੋਟਨ ਮਾਂਝਾ ਸੁਪਰ ਪ੍ਰੋ। ਅੱਛਾ ਜਿਵੇਂ ਉਹ ਜੰਬੋ ਪ੍ਰੋ ਆ, ਇਹ ਮੋਨੋਕਾਈਟ ਸੁਪਰ ਪ੍ਰੋ ਆ, ਇਹ ਸਾਰੇ ਓਰੀਜਨਲ ਨੇ ਮੋਨੋਕਾਈਟ ਦੇ। ਲੈ ਕੇ ਆਏ ਆ 5 ਪੀਸ ਸੁਪਰ ਪ੍ਰੋ ਦੇ ਆ, ਜੰਬੋ ਪ੍ਰੋ ਦੇ ਸੁਪਰ, ਇਹ ਵੀ ਸੁਪਰ ਪ੍ਰੋ, ਰੰਗ ਅਲੱਗ ਅਲੱਗ ਨੇ। ਆਹ ਗ੍ਰੀਨ ਕਲਰ ਹੋ ਗਿਆ ਸੁਪਰ ਪ੍ਰੋ ਦਾ, ਆਹ ਬਲੈਕ ਹੋ ਗਿਆ, ਰੈੱਡ ਹੋ ਗਿਆ, ਤੇ ਆਹ ਵੀ ਗ੍ਰੀਨ ਆ, ਆਹ ਥੋੜਾ ਲਾਈਟ ਗ੍ਰੀਨ ਆ, ਤੇ ਆਹ ਪਿੰਕ ਆ। ਓਏ ਆਹ ਕਲਰ ਕਿੰਨਾ ਜ਼ਬਰਦਸਤ ਆ ਨਾ,
बाकी चार पांच पीस आ हो गए ते एक चड़खड़ा ते आ पए ने बाकी अपने को लोहड़ी करके रुके हुए बाहुबली 2 किन्ना कुछ देखो न्यू इंडिया वगैरा हो गया आ गोल्ड हो गया आ गो इंडिया गो हो गया आ कोक आला हो गया आ सारे साडे कोल पुराने पए ने नमी पए ने फोली भरे हुए डिस्कवरी का पे आ बहुत जबरदस्त है यार हूं आ हो गया बई अपना पूरा स्टैश ओके आ कोई कमी रह गई हुण रहंदी है कोई कमी ना ना चार पांच पीस आ हो गए दो दो चार भाई एक पांच छब्बी ले भाई पांच पीस आ हो गए 30 पीस हैं 30 पीस 30 30 पीस बंदे हैगे आपा ओए आ भाई ए तो टूट गई यार साइड तो चल ओ इथों दा काम करू मतलब लोहड़ी ते घटो घट 50,000 लख फूकता 10,000 च डीजे होया 10-15,000 च खान पीन दा होया 10-15,000 लोहड़ी ते मतलब की यार थोनू पूरा मजा आऊ लोहड़ी का एह जा व्लॉग तुसी नहीं देखिया होना पूरा कैंट व्लॉग रहू बई परी अड़ाई है परी हवा पता ही नहीं लग रहा किधर दी है हवा अज है भी घट अज अगला दिन आ जिहड़ा आपां स्टैश दा व्लॉग शूट कीता सी उदों ओए परी दा परी नाल जान दे खिच सरा च नहीं बई खिच दे चल आहे हवा कट करके कोई उड़ा नहीं उत्तो हवा भी पुठी होगी इधर हले उड़ाउंदे आ जवाक 3-4 ये वधाउणगे पता नहीं नहीं आहो जद आए सीगे इधरली सी काइंड ऑफ ते हुण बदल के इधरली होगी हां बंदे कहंदे सी ना हिमाचल च हां है धुप निकली हुई है हां पूरी निकली नहीं हां ये की चक्कर हो सकदा हिमाचल उत्ते आ पहाड़ा ते आ सूरज दे नेड़े आ ओ तां उत्थे धुप आ जिन्ना सूरज दे नेड़े होएगा उन्नी धुप वधू यानी मैं हुण टैंकी ते चढ़ जावां ओ नेड़े थोड़ी होएगा ओए आ उरे लुट्टी आ उरे पई सी लमकी उरे आ देखो डोर ने किवें कंध नूं भी चीरता दीवार तों चढ़न दी कोशिश करदे होए सीण सिटणी ओ वाले उधर लै गए ਇੱਕ ਬਾਰ ਮੂਰੋਂ ਬਾਈ ਉਡਾਉਂਦਾ ਤਾਂ ਹੈ ਨਾ ਨਾ ਮੂਰੋਂ ਇੱਕ ਇੱਧਰ ਵੀ ਸਿੰਡ ਛਿੱਟਣੀ ਸੀ ਉੱਡੀ ਸੀ ਕਿੱਧਰ ਨੂੰ ਜਾਂਦੀ ਹੈ ਹਵਾ ਹੀ ਨਹੀਂ ਹੈਗੀ ਬਈ ਪਤਾ ਨਹੀਂ ਕਿੱਧਰ ਦੀ ਹੈ ਬਸ ਲੋਹੜੀ ਨੂੰ ਆ ਹਾਲ ਨਾ ਹੋਵੇ ਹੁਣ ਇੱਧਰਲੀ ਚੇਂਜ ਹੋ ਗਈ ਕੀ ਆ ਇਹ ਪਤਾ ਹੀ ਨਹੀਂ ਘੁੰਮ ਰਹੀ ਆ ਉਹ ਇਹਦਾ ਚੱਕ ਲੈਣ ਵਾਲੀ ਓਏ गर्दन ना ला दी तू अद्धा बड़े बड़े पतंग उड़ा के हां छिंड सिटनी अड़ाइए ना
ਬਸ ਐ ਛੁੱਟ ਜਾਂਦੀ ਆ ਫਿਰ ਪਤਾ ਹੀ ਨਹੀਂ ਲੱਗਦਾ ਵੀ ਹੱਥ 'ਚ ਹੈ ਵੀ ਜਾਂ ਨਹੀਂ अज सीने छटनिया ही अड़ाई जाते सारे किधर भी डग्या होया भाई डाउन मैं हम ला देना सी हम तक लग गया तू ला ला कंपनी भाई हवा ही नहीं पता लग रही किधर ली आ लग गया नहीं ओए ओए गर्दन नू बटा देता मेरी मैं ना 90 डिग्री दे ब्रो हुन तक उड दी आ तड़ाम बढ़ती शाबाश हुन तां मेरी वारी आ जरी शर्मा जांदा तड़ाम बड़ी किड्डी कहना दिखाई गिठ के जिड्डी होनी है ले दो गिठ दो गिठ दी ए किन्ने तावा तीन तावा ए गिठा च तावा हो गई है ता गिठ हो गई ले भाई छींड हटनी ए नहीं दबदे कहंदे डाउनी यही आ पतंग फिर उही लेके आए आ पतंग लेके आए स्पेशल अडाउन नु कोठा टप गया अज फिर हाँ अज घरे फिर कोई नहीं सी आली छत टप के फिर आए हैं मड़ी खबर आ गई सीन सिटनी आ गई पेचा तरिया गया तुणके थणके ला ला थोड़े ढिल दे चल आए हाए लाभी आ गई हूं जिन्हें तड़ाम बड़ी खुश होंगी ला हूं बैरने बैरिया नी बैरने हवा का अंदाजा लाओ तुसी हवा ही है नहीं ओ हवा जी उड़ी जाती है हले तक कौन आ गया भाई लगना ते तो तां नहीं साले मजाक हुण मैनू डाल लैण दे ओए फुद्दू गल्ला फिर रहण दे नहीं ओए ओ चलो चल तराम टुटी दा है उदो टुटी सी पहला हां बारी होगी बड़ी की तराम माहौल ही लगता लोहड़ी वाला तो हवा भी चल पी हूं डाउ इन्हों गए सीन छिटनी किधर गई ओए एक और उड गई थले दो दो उडदियां इधर आ गई रख इत रख दे ऐतकी रख दे लग गया लग गया लग गया लग गया लग गया खिच 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 दे चक गई गई हूं मेरी बारी इन्हों चढ़ाने नवे पतंग लेके आए बी साथ साथ हैं हम साथ साथ पतलू स्पाइडरमैन ओए तो तिले बहुत मोटे ने तू आप दी लेना पा इन्ना मोटा तिला कितों उडू ओ सारे मोटे तिले वाले ने जे पत गया बस बारी मेरी मैं की करा तू अपने तरीके ना चढ़ा ना बच बच के जे फस भी गया तामी गया नहीं अपना देख लो ओ देखो उसी दिखा पहला पता नहीं दिखाओ ना ले फसया तो
ਮੋਟੂ ਔਰ ਪਤਲੂ ਕੀ ਜੋੜੀ ਕੋਈ ਉੱਡਦਾ ਤਾਂ ਹੈ ਨਹੀਂ ਨਾ ਹਵਾ ਜਾਂਦੀ ਹੈ ਕੋਈ ਨਹੀਂ ਜਦੋਂ ਚੜੂਗਾ ਕੋਈ ਉਦੋਂ ਚੜ ਲਈ ਆ ਭਾਈ ਨਾ ਫੜਦੇ ਫੜਦੇ ਇੰਨੇ ਪਿੱਚ ਲਾ ਲਾ ਆਪਣੇ ਵਾਲੀ ਸੁੰਢ ਛਿੱਟਣੀ ਹੈ ਲਾ ਲਾ ਕੋਈ ਨਹੀਂ ਦੇਖਦਾ ਪਿਆਰਾ ਕੋਈ ਨਹੀਂ ਹੈਗਾ ਲਾ ਲੈਂਦਾ ਨਸਤੀ ਗੱਲ ਜੇ ਪਤਾਂਗਾ ਕਿਤੇ ਥੱਲੇ ਡੁੱਬ ਗਿਆ ਤਾਂ ਵੀ ਮੇਰੀ ਵਾਰੀ ਤੰਗ ਕੀਤਾ ਹੋਇਆ ਹਾਲੇ ਨੇ ਮੈਨੂੰ ਛਿਟਾਣੀ ਵਾਹ ਆਏ ਹਾਏ ਓਏ ਸੂਰਜ ਕਿੰਨਾ ਅੱਖਾਂ ਚ ਪੈਂਦਾ ਲੈ ਅੱਖਾਂ ਲਾ ਕੇ ਰੱਖ ਦੇ ਫਿਰ ਮਾਂ ਲੋੜੀ ਵਾਹ ਡੁੱਬ ਗਿਆ ਮੇਰੀ ਵਾਰੀ ਲੈ ਫਸ ਗਿਆ ਮੇਰੀ ਵਾਰੀ ਆ ਜੇ ਫਸਿਆ ਹੁੰਦਾ ਨਾ ਤੂੰ ਪਤਾ ਕੀ ਕਹਿਣਾ ਬਾਬੇ ਯਾਰ ਨਾਣੇ ਉਹ ਬਸ ਪੜ ਗਿਆ ਬਸ ਮੇਰੀ ਵਾਰੀ ਚੱਲ ਐ ਕਿਵੇਂ ਅਗਲੀ ਵਾਰੀ ਉੱਥੇ ਜਿਹੜਾ ਫਟਿਆ ਸੀ ਨਾ ਤਾਂ ਵੀ ਐਂ ਕਰਦਾ ਸੀ ਤੂੰ ਉਹ ਜਾਣ ਦੇ ਵੀਰੇ ਮੈਂ ਜਾਣਦਾ ਤੈਨੂੰ ਉਹਨਾਂ ਤੋਂ ਨਾ ਲਈ ਬੰਦਾ ਬਣ ਗਏ ਛੋਟੀ ਲੋਹੜੀ ਦਾ ਵਲੌਗ ਹਨਾ ਲੋਹੜੀ ਦੀਆਂ ਸਾਰੀਆਂ ਤਿਆਰੀਆਂ ਦਾ ਤੁਹਾਨੂੰ ਇੱਕ ਵਾਰ ਅਪਡੇਟ ਕਰ ਦਾਂਗੇ ਮਾਰਕੀਟ ਸਾਲੀ ਕਿੰਨੀ ਥੱਲੇ ਗਈ ਆ ਓਏ ਚੱਲ ਇਹਨੂੰ ਛੱਡ ਤੇ ਇੱਕਦਮ ਔਨ ਹੋ ਗਿਆ ਪੀਸੀ ਤੇ ਸਾਰਾ ਤੁਹਾਨੂੰ ਅਪਡੇਟ ਕੱਲ ਆਪਾਂ ਕਰ ਦਾਂਗੇ ਵੀ ਕੀ ਲੋਹੜੀ ਦੀ ਕੀ ਪਲੈਨਿੰਗ ਆ ਸਾਰੀ ਮਾੜੀ ਮੋਟੀ ਜੋ ਪਲੈਨਿੰਗ ਰਹਿੰਦੀ ਆ 8 ਫੁੱਟ ਵਾਲੇ ਪਤੰਗ ਲੈਣੇ ਰਹਿੰਦੇ ਨੇ ਤੇ ਪੜਾਕੇ ਪੜੂਕੇ ਦੇਖਾਂਗੇ ਜੋ ਪਲੈਨ ਬਣਿਆ ਤੇ ਬਾਕੀ DJ ਦਾ ਤੁਹਾਨੂੰ ਅਪਡੇਟ ਸ਼ਾਇਦ ਕੱਲ੍ਹ DJ ਵੀ ਚੱਕ ਕੇ ਲਿਆਉਣੇ ਆ ਬੁੱਕ ਤਾਂ ਬਹੁਤ ਪਹਿਲਾਂ ਕਰਾਤੇ ਸੀ ਚੱਕ ਕੇ ਲਿਆਉਣੇ ਆ ਤਾਂ ਸਾਰੀ ਤਿਆਰੀਆਂ ਦਾ ਕੱਲ੍ਹ ਤੁਹਾਡੇ ਕੋਲ ਵਲੌਗ ਮਿਲ ਜੂਗਾ ਪਤੰਗ ਬਾਜੀ ਵੀ ਕਰਾਂਗੇ ਤੁਹਾਨੂੰ ਇੱਕ ਦਿਨ ਪਹਿਲਾਂ ਦਾ ਮਾਹੌਲ ਦਿਖਾਵਾਂਗੇ ਵੀ ਲੋਹੜੀ ਤੋਂ ਇੱਕ ਦਿਨ ਪਹਿਲਾਂ ਦਾ ਕੀ ਮਾਹੌਲ ਰਹਿੰਦਾ ਆਪਣੇ ਉਰੇ ਤਾਂ ਤੁਹਾਨੂੰ ਮਿਲਦੇ ਇੱਕ ਘੈਂਟ ਵਲੌਗ ਨਾਲ ਕੱਲ੍ਹ